ਹਾਂਜੀ ਸਤਿ ਸ਼੍ਰੀ ਅਕਾਲ ਫਤਿਹ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੇਰੇ ਕੋਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੈਂ ਬਹੁਤ ਵਧੀਆ, ਠੀਕ ਠਾਕ, ਤੁਸੀਂ ਸੁਣਾਓ ਕੀ ਹਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਜਿਹੜੀ ਸਭ ਤੋਂ ਪਹਿਲੀ ਚੀਜ਼ ਮੇਰੇ ਦਿਮਾਗ ਦੇ ਵਿੱਚ ਆਈ ਹੈ ਨਾ, ਤੇ ਤੁਹਾਡੀ ਆਵਾਜ਼ ਆਈ ਆ ਵਾਰ ਗੀਤ ਦੇ ਵਿੱਚ, ਫੀਚਰਿੰਗ ਹੋਈ ਆ ਪਹਿਲੀ ਵਾਰ, ਹੈ ਨਾ। ਤੇ ਹਾਂਜੀ ਜਦੋਂ ਮੈਂ ਵੀ ਸੁਣਿਆ ਤਾਂ ਮੈਨੂੰ ਲੱਗਾ ਕਿ ਇਹ ਕਿਸ ਕਿਸ ਦੀ ਆਵਾਜ਼ ਆ, ਇਹ ਆਵਾਜ਼ ਕੌਣ ਆ, ਇਸ ਆਵਾਜ਼ ਦੇ ਪਿੱਛੇ ਕੌਣ ਆ, ਜਿਹੜੀ ਨੌਲੇਜ ਦੇ ਰਿਹਾ ਕੌਣ ਆ। ਸੋ ਜਦੋਂ ਤੁਸੀਂ ਪਹਿਲੀ ਵਾਰ ਉਹ ਗੀਤ ਸੁਣਿਆ ਵਾਰ ਗੀਤ ਸਿੱਧੂ ਮੂਸੇਵਾਲੇ ਦਾ, ਬਹੁਤ ਪਿਆਰ ਮਿਲ ਰਿਹਾ ਉਸ ਗੀਤ ਨੂੰ, ਮਿਲੀਅਨਸ ਦੇ ਵਿੱਚ ਵਿਊ ਹੋ ਗਏ ਨੇ, ਤੁਸੀਂ ਜਦੋਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੀ ਆਵਾਜ਼ ਆ ਰਹੀ ਇਸ ਗੀਤ ਦੇ ਵਿੱਚ? ਦੇਖੋ, ਇੱਕ ਨਾ ਜੇ ਆਪਾਂ ਪਰਮਾਤਮਾ ਤੇ ਵਿਸ਼ਵਾਸ ਆਪਣਾ ਹੈਗਾ ਤੇ ਜੇ ਆਪਾਂ ਉਸ ਚੀਜ਼ ਨੂੰ ਦੇਖੀਏ, 8 ਤਰੀਕ ਦੀ ਗੱਲ ਉਦੋਂ ਹੀ ਸੌਂਗ ਰਿਲੀਜ਼ ਹੋਇਆ ਮੂਸੇਵਾਲੇ ਜੀ ਦਾ, ਤੇ ਅਸੀਂ ਬੈਠੇ ਸੀਗੇ ਤੇ ਅਸੀਂ ਕੰਪਨੀ 'ਚ ਹੀ ਸੀਗੇ ਆਪਣੀ, ਜਿਵੇਂ ਕਿ ਮੈਂ ਅੱਡਾ 24/7 'ਚ ਹੀ ਟੀਚ ਕਰਦਾ, ਉੱਥੇ ਅਰਦਾਸ ਕਰਾਉਣੀ ਸੀਗੀ ਫਸਟ ਗੁਰੂ ਜੀ ਦੇ ਪ੍ਰਕਾਸ਼ ਪੁਰਬ ਤੇ। ਤੇ ਮੇਰੇ ਨਾਲ ਮੇਰੀ ਟੀਮ ਬੈਠੀ, ਉਹਨਾਂ ਨੇ ਜਦੋਂ ਸੌਂਗ ਸੁਣਿਆ ਇੱਕ ਮਹਾਰਾਜ ਦੀ ਕਰਾਮਾਤ ਲਾ ਲਓ, ਉਹ ਉਦਣ ਹੀ ਮੇਰੇ ਕੋਲ ਆਏ ਮੇਰੇ ਨਾਲ ਦੀ ਟੀਮ, ਸਰ ਸਰ ਕਹਿੰਦੇ ਤੁਹਾਡੀ ਆਵਾਜ਼ ਜਿਹੜੀ ਆ ਸਿੱਧੂ ਮੂਸੇਵਾਲੇ ਦੇ ਸੌਂਗ 'ਚ ਆ ਰਹੀ ਆ। ਤੇ ਈਵਨ ਮੈਂ ਸ਼ੌਕ ਸੀਗਾ, ਮੈਂ ਕਿਹਾ ਵੀ ਮੇਰੀ ਆਵਾਜ਼, ਫਿਰ ਮੈਂ ਦੁਬਾਰਾ ਸੁਣਿਆ ਤੇ ਤੇ ਜਾਨੀ ਮੈਨੂੰ ਮੈਨੂੰ ਐ ਲੱਗਦਾ ਕਿ ਸ਼ਾਇਦ ਪ੍ਰਮਾਤਮਾ ਦੀ, ਜੇ ਮੈਂ ਕੁਛ ਇੱਕ ਮਨ 'ਚ ਚੰਗਾ ਇੱਕ ਸੋਚ ਰੱਖ ਕੇ ਇਸ ਲਾਈਨ 'ਚ ਆਇਆ ਤਾਂ ਮੈਨੂੰ ਪ੍ਰਮਾਤਮਾ ਉਹਦਾ ਰਿਜ਼ਲਟ ਦੇ ਰਿਹਾ। ਤੇ ਮੇਬੀ ਮੇਰੇ ਲਈ ਰਿਐਕਸ਼ਨ, ਤਾਂ ਹੁਣ ਤੁਸੀਂ ਆਪ ਸੋਚੋ ਕਿ ਇਦੋਂ ਹੋਰ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਜੇ ਸਿੱਧੂ ਮੂਸੇਵਾਲੇ ਜੀ ਨੇ ਵੀ ਉਹਨਾਂ ਦੀ ਟੀਮ ਮੇਬੀ ਜੇ ਕੁਝ ਚੰਗੀਆਂ ਗੱਲਾਂ ਜਿਹੜੀਆਂ ਹੈਗੀਆਂ ਸੋਸਾਇਟੀ 'ਚ ਜਾ ਰਹੀਆਂ ਨੇ ਤਾਂ ਉਹ ਵੀ ਸੁਣ ਰਹੇ ਨੇ, ਤਾਂ ਇਹ ਮੇਰੇ ਲਈ ਬਹੁਤ ਹੀ ਪੋਜ਼ਿਟਿਵ ਚੀਜ਼ ਸੀਗੀ। ਮਤਲਬ ਤੁਹਾਨੂੰ ਪਹਿਲਾਂ ਕੋਈ ਵੀ ਆਈਡੀਆ ਨਹੀਂ ਸੀਗਾ ਕਿ ਤੁਹਾਡੀ ਆਵਾਜ਼ ਜਿਹੜੀ ਉਸ ਗੀਤ ਦੇ ਵਿੱਚ ਫੀਚਰ ਹੋ ਰਹੀ ਆ ਜਾਂ ਫਿਰ ਉਹਨਾਂ ਦੀ ਟੀਮ ਉਸ ਨੂੰ ਯੂਜ਼ ਕਰ ਰਹੀ ਆ? ਨਹੀਂ ਜੀ, ਮੈਨੂੰ ਇਹਦੇ ਬਾਰੇ ਕੋਈ ਆਈਡੀਆ ਨਹੀਂ ਸੀ ਪਹਿਲਾਂ, ਤੇ ਪਰ ਮੈਂ ਆਪਣੇ ਆਪ ਨੂੰ ਸ਼ਾਇਦ ਲੱਕੀ ਹੀ ਮੰਨੂਗਾ ਕਿ ਉਹਨਾਂ ਨੇ ਚਲੋ ਮੈਨੂੰ ਇਸ ਕਾਬਿਲ ਸਮਝਿਆ ਕਿ ਹਾਂ ਇਹ ਆਵਾਜ਼ ਜਾਂ ਜਿਹੜੇ ਬੋਲ ਮੇਰੇ ਦੁਆਰਾ ਬੋਲੇ ਗਏ ਨੇ ਉਹਨਾਂ ਨੂੰ ਆਪਾਂ ਯੂਜ਼ ਵੀ ਕਰ ਸਕਦੇ ਹਾਂ। ਤਾਂ ਐਕਚੁਅਲੀ ਆਈ ਐਮ ਵੈਰੀ ਹੈਪੀ, ਮੈਂ ਬਹੁਤ ਹੈਪੀ ਹਾਂ ਜੀ, ਬਹੁਤ ਜ਼ਿਆਦਾ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਜੀ। ਪਰਫੈਕਟ ਆ। ਤੇ ਇਸ ਤੋਂ ਬਾਅਦ ਉਹਨਾਂ ਦੀ ਟੀਮ ਦੇ ਨਾਲ ਕੋਈ ਗੱਲਬਾਤ ਹੋਈ ਕਿ ਤੁਸੀਂ ਆਵਾਜ਼ ਯੂਜ਼ ਕੀਤੀ ਆ ਜਾਂ ਤੁਸੀਂ ਥੈਂਕਫੁਲ ਕੀਤਾ ਉਹਨਾਂ ਦਾ, ਕੋਈ ਕਿਸੇ ਵੀ ਟੀਮ ਮੈਂਬਰ ਦੇ ਨਾਲ ਉਹਨਾਂ ਦੀ ਤੁਹਾਡੀ ਗੱਲਬਾਤ ਹੋਈ ਹੋਵੇ? ਹਜੇ ਨਹੀਂ ਕੋਈ ਹੋਈ, ਲੇਕਿਨ ਹਾਂ ਮੇ ਬੀ ਇਨ ਫਿਊਚਰ ਜੇ ਪਲਾਨ ਹੈ ਮੇਰਾ ਕਿ ਉਹਨਾਂ ਦੇ ਫਾਦਰ ਸਾਹਿਬ ਨਾਲ ਜੇ ਮੇਰਾ ਟਾਈਮ ਜ਼ਰੂਰ ਮੈਂ ਉਹਨਾਂ ਤੋਂ ਲਵਾਂਗਾ, ਜੇ ਹੋਇਆ ਤਾਂ ਮੈਂ ਉਹਨਾਂ ਨੂੰ ਜ਼ਰੂਰ ਮਿਲ ਕੇ ਆਊਂਗਾ। ਮੇਰੇ ਮਨ ਦੀ ਇੱਛਾ ਆ ਕਿ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲ ਕੇ ਆਵਾਂ ਤੇ ਉਹਨਾਂ ਦਾ ਆਪਣੇ ਪਰਸਨਲ ਲੈਵਲ ਤੇ ਇੱਕ ਵਾਰ ਧੰਨਵਾਦ ਕਰਕੇ ਆਵਾਂ, ਕਿਉਂਕਿ ਦੇਖੋ ਇਹ ਮੈਨੇ ਇਹ ਨਹੀਂ ਕਹਿਣਾ ਕਿ ਹਾਂ ਮੇਰੀ ਇਕੱਲੀ ਆਵਾਜ਼ ਲਈ ਤਾਂ ਮੈਂ ਤਾਂ ਥੈਂਕਸਫੁਲ ਕਰਨਾ। ਉਹਨਾਂ ਨੇ ਜੋ ਹੁਣ ਇਨੀਸ਼ੀਏਟ ਲਾਇਆ ਪੰਜਾਬ ਦੇ ਯੂਥ ਨੂੰ ਇੱਕ ਚੰਗੇ ਰਾਹ ਤੇ ਪਾਉਣ ਦਾ, ਜੋ ਆਪਣੇ ਇਤਿਹਾਸ ਨਾਲ ਜੋੜਨ ਦਾ, ਉਹਦੇ ਲਈ ਵੀ ਮੈਂ ਇੱਕ ਥੈਂਕਸ ਕਰਨਾ ਚਾਹੂੰਗਾ। ਹਾਲਾਂਕਿ ਆਪ ਸਿੱਧੂ ਮੂਸੇਵਾਲਾ ਜੀ ਇਸ ਦੁਨੀਆ 'ਚ ਨਹੀਂ ਰਹੇ, ਜਿਹਦੀ ਕਿ ਸ਼ਾਇਦ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਜੋ ਮੈਨੂੰ ਲੱਗਦਾ ਆ, ਤੇ ਬਟ ਉਹਨਾਂ ਨੂੰ ਹਜੇ ਵੀ ਜ਼ਿੰਦਾ ਰੱਖਣਾ, ਉਹ ਮਹਾਨ ਪਿਤਾ ਨੇ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਆ, ਤੇ ਸ਼ਾਇਦ ਇਸ ਕੰਮ ਲਈ ਵੀ ਮੈਂ ਉਹਨਾਂ ਦਾ ਥੈਂਕਸ ਕਰਨਾ ਜ਼ਰੂਰ ਚਾਹੂੰਗਾ। ਤੇ ਜ਼ਰੂਰ ਛੇਤੀ ਹੀ ਪਰਮਾਤਮਾ ਨੇ ਚਾਹਿਆ ਤਾਂ ਮੈਂ ਜ਼ਰੂਰ ਜਾਊਂਗਾ ਤੇ ਉਹਨਾਂ ਦੇ ਪਿਤਾ ਜੀ ਨਾਲ ਮਿਲ ਕੇ ਮੇਰੀ ਛੇਤੀ ਹੀ ਆਪਾਂ ਉਹਨਾਂ ਨਾਲ ਵੀ ਕਰਾਂਗੇ ਜੀ ਗੱਲ। ਭਾਜੀ, ਇਸ ਗੀਤ ਦੇ ਵਿੱਚ ਜਿਹੜੇ ਜਿਸ ਟੌਪਿਕ ਦੇ ਉੱਤੇ ਤੁਸੀਂ ਗੱਲਬਾਤ ਕਰ ਰਹੇ ਹੋ, ਕਿੰਨੀ ਇਹ ਇਹ ਵੀਡੀਓ ਤੁਸੀਂ YouTube ਦੇ ਉੱਤੇ ਪਾਈ ਸੀ ਜਾਂ ਕਿਵੇਂ ਇਹਨੂੰ ਸੋਸ਼ਲ ਮੀਡੀਆ ਤੇ ਪਾਇਆ ਸੀ? ਕਿਹੜਾ ਇਸ਼ੂ ਕੀ ਸੀਗਾ, ਕੀ ਟੌਪਿਕ ਸੀਗਾ ਉਹ ਐਕਚੁਅਲੀ ਦੇ ਵਿੱਚ? ਮੈਂ ਨਾ ਜਿਵੇਂ ਪੜ੍ਹਾ ਰਿਹਾ ਟੀਚਰ ਆ, ਮੈਂ ਹਿਸਟਰੀ ਵੀ ਪੰਜਾਬ GK ਪੰਜਾਬ ਹਿਸਟਰੀ ਪੜ੍ਹਾ ਰਿਹਾ ਸਟੂਡੈਂਟਸ ਨੂੰ, ਖਾਸ ਕਰ ਜਿਹੜੇ ਪੰਜਾਬ ਦਾ ਯੂਥ ਆ ਜੋ ਸਰਕਾਰੀ ਨੌਕਰੀ ਦੀ ਡਿਮਾਂਡ ਕਰਦਾ, ਮੈਂ ਉਹ ਲਾਈਨ 'ਚ ਪੜ੍ਹਾ ਰਿਹਾ ਆ। ਤੇ ਅੱਡਾ 24/7 ਕੰਪਨੀ ਆਪਣੇ ਇੱਥੇ ਗੁੜਗਾਉਂ ਦੇ ਵਿੱਚ ਤੇ ਉਹਨਾਂ ਦੇ ਇੱਕ ਵਰਟੀਕਲ ਆ ਪੰਜਾਬ ਅੱਡਾ 24/7, ਉੱਥੇ ਐਜ਼ ਆ ਮੈਂ ਪ੍ਰੋਫੈਸ਼ਨਲੀ ਟੀਚਰ ਆ। ਤੇ ਮੇਰੇ ਸਟੂਡੈਂਟਸ ਦੀ ਵੀ ਡਿਮਾਂਡ ਹੁੰਦੀ ਹੈ ਜਦੋਂ ਮੈਂ ਪੜਾਉਣਾ, ਮੇ ਵੀ ਸ਼ਾਇਦ ਕੁਛ ਹੁੰਦਾ ਨਾ ਕਿ ਉਹਨਾਂ ਨੂੰ ਵਧੀਆ ਲੱਗਿਆ ਹੋਊਗਾ, ਕਹਿੰਦੇ ਸਰ ਤੁਸੀਂ ਨਾ ਇਦਾਂ ਜਿਹੜੇ ਇਤਿਹਾਸਕ ਆਪਣੀਆਂ ਪਰਸਨੈਲਿਟੀਜ਼ ਨੇ ਜਾਂ ਪੰਜਾਬ ਦੇ ਇਤਿਹਾਸ ਨਾਲ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰਦੇ ਹੋ, ਇੱਕ ਆਟੋਮੈਟਿਕਲੀ ਆ ਜੇ ਅਸੀਂ ਉਸ ਚੀਜ਼ 'ਚ ਨਹੀਂ ਐਂਟਰ ਕੀਤੇ ਸਾਨੂੰ ਸ਼ਾਇਦ ਇੰਟਰਸਟ ਨਹੀਂ ਬਣ ਪਾਉਂਦਾ। ਬਟ ਜਦੋਂ ਦਾ ਮੈਂ ਇਸ ਲਾਈਨ 'ਚ ਆਇਆ ਆ, ਉਹ ਚੀਜ਼ਾਂ ਪੜ੍ਹਾ ਰਿਹਾ ਬੱਚਿਆਂ ਨੂੰ ਪੜ੍ਹਾਉਣਾ ਆ, ਤਾਂ ਉਹਦਾ ਇੰਟਰਸਟ ਇੰਨਾ ਕੁ ਜ਼ਿਆਦਾ ਜਨਰੇਟ ਹੁੰਦਾ ਕਿ ਯਾਰ ਜਿਹੜੀਆਂ ਪਰਸਨੈਲਿਟੀਆਂ ਅਸੀਂ ਪੜ੍ਹਦੇ ਆ, ਜਿਹੜੀਆਂ ਮਹਾਨ ਸ਼ਖਸੀਅਤਾਂ ਬਾਰੇ ਪੜ੍ਹਦੇ ਆ, ਉਹਨਾਂ ਬਾਰੇ ਸਾਨੂੰ ਹੋਰ ਪਤਾ ਹੋਣਾ ਚਾਹੀਦਾ ਆ। ਇੱਕ ਅੰਦਰੋਂ ਆਵਾਜ਼ ਆਉਂਦੀ ਹੈ। ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਤੇ ਬਣਾ ਚੁੱਕਾ ਆ, ਸਰਦਾਰ ਹਰੀ ਸਿੰਘ ਜੀ ਨਲੂਆ ਜੀ ਤੇ ਬਣਾਇਆ ਸੀਗਾ, ਆਪਣੇ ਗੁਰੂਆਂ ਤੇ ਬਣਾ ਰਿਹਾ ਮੈਂ ਆਲਰੇਡੀ, ਹੋਰ ਵੀ 2-3 ਪ੍ਰੋਜੈਕਟ ਮੇਰੇ ਹੈਗੇ ਜਿਹੜੇ ਮੇਰੇ ਨਾਲ ਆਉਣੇ ਨੇ, ਤੇ ਇਸ ਤਰ੍ਹਾਂ ਦੀਆਂ ਵੀਡੀਓ ਮੈਂ ਬਣਾ ਰਿਹਾ ਵਾਰ-ਵਾਰ ਤਾਂ ਕਿ ਆਪਣੇ ਯੂਥ ਨੂੰ ਅਸੀਂ ਆਪਣੇ ਇਤਿਹਾਸ ਨਾਲ ਜੋੜ ਸਕੀਏ। ਅਫਗਾਨ ਦੇ ਬਾਰੇ ਗੱਲਬਾਤ ਕਰ ਰਹੇ ਸੀ ਤੁਸੀਂ, ਉਸ ਦੇ ਵਿੱਚ ਉਹ ਟੌਪਿਕ ਜਿਹੜਾ ਸੀਗਾ? ਹਾਂਜੀ, ਦੇਖੋ ਮੈਂ ਨਾ ਜਿਵੇਂ ਹਿਸਟਰੀ ਵੀ ਪੜ੍ਹਾਉਣਾ, ਮੈਂ ਕਦੇ ਕਦੇ ਸੋਚਦਾ ਹੁੰਦਾ, ਇੱਕ ਕਿਤਾਬਾਂ ਹਰ ਇੱਕ ਸਟੂਡੈਂਟ ਵੀ ਪੜ੍ਹਦਾ ਰਿਹਾ, ਟੀਚਰ ਵੀ ਪੜ੍ਹਦਾ ਰਿਹਾ, ਲੇਕਿਨ ਮੈਨੂੰ ਇੱਕ ਅਲੱਗ ਕਨਸੈਪਟ ਤੋਂ ਮੈਂ ਸੋਚ ਰੱਖਦਾ ਹੁੰਦਾ ਵੀ ਜਿੰਨਾ ਅਸੀਂ ਪੜ੍ਹਿਆ ਹੁਣ ਤੱਕ, ਤੁਸੀਂ ਵੀ ਦੇਖਿਆ ਹੋਣਾ ਕਿ ਜਿਉਂ ਆਪਾਂ ਲਾ ਲਈਏ 11th 12th ਸੈਂਚਰੀ ਦੀ ਗੱਲ ਆ, ਆਪਣੇ ਬਾਹਰੋਂ ਹਮਲੇ ਹੁੰਦੇ ਆਏ ਆ,
ਉਧਰ ਨੂੰ ਪਹਿਲਾਂ ਸਾਰੇ ਅੱਛਾ ਲੋਕ ਵੈਸਟ ਤੋਂ ਈਸਟ ਵੱਲ ਆਉਂਦੇ ਸੀਗੇ। ਇਹ ਪਹਿਲੇ ਜਰਨੈਲ ਹੋਏ ਸੀਗੇ ਜਿਹੜੇ ਕਿ ਈਸਟ ਤੋਂ ਵੈਸਟ ਵੱਲ ਜਾਣ ਲੱਗ ਪਏ ਸੀਗੇ। ਇਟ ਮੀਨਸ ਜਿਹਨੂੰ ਆਪਾਂ ਗੇਟਵੇ ਆਫ ਇੰਡੀਆ ਕਹਿੰਦੇ ਸੀ, ਖਾਈਬਰ ਪਾਸ, ਉੱਥੇ ਜੇ ਕਿਸੇ ਜਰਨੈਲ ਨੇ ਜਾ ਕੇ ਆਪਣਾ ਕਹਿੰਦੇ ਨਾ ਪੈੜ ਪਾਈ ਆ, ਜਮਾ ਆਪਣਾ ਆਪ ਨੂੰ ਜਮਾ ਲਿਆ ਆ, ਤੇ ਉਹਨਾਂ ਦੇ ਨਾਂ ਤੋਂ ਬੱਚੇ ਉਸ ਏਰੀਏ ਦੇ ਡਰਦੇ ਸੀਗੇ। ਵੱਡਿਆਂ ਨੇ ਤਾਂ ਡਰਨਾ ਡਰਨਾ, ਉਹਨਾਂ ਦੇ ਪੇਰੈਂਟਸ ਵੀ ਕਹਿੰਦੇ ਸੀ ਕਿ ਸੌਂ ਜਾ ਪੁੱਤਰਾ ਸੌਂ ਜਾ, ਨਲੂਆ ਜੀ ਆ ਗਏ ਨੇ। ਇਸ ਕਰਕੇ ਵੀ ਉਹ ਇਤਿਹਾਸ ਜੋ ਤੁਸੀਂ ਪੜ੍ਹਦੇ ਹੋ, ਤੁਹਾਨੂੰ ਖੁਦ ਨੂੰ ਲੱਗਦਾ ਕਿ ਨਹੀਂ ਯਾਰ ਅਸੀਂ ਬਹੁਤ ਇੱਕ ਮਹਾਨ ਇਤਿਹਾਸ ਨਾਲ ਜੁੜੇ ਹੋਏ ਆ, ਸਾਡਾ ਪਿਛੋਕੜ ਬਹੁਤ ਮਹਾਨ ਆ, ਇੱਕ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਜੀ। ਪਰ ਅੱਜ ਕੱਲ ਦਾ ਯੂਥ ਇਹ ਤੁਹਾਡੇ ਹਿਸਾਬ ਦੇ ਨਾਲ ਕੀ ਸੋਚਦਾ? ਮੇਰੇ ਹਿਸਾਬ ਦੇ ਨਾਲ ਤਾਂ ਜੋ ਮੇਰਾ ਪਰਸਨਲੀ ਪਰਸਪੈਕਟਿਵ ਆ, ਕਿਤੇ ਨਾ ਕਿਤੇ ਇਹਨਾਂ ਯੋਧਿਆਂ ਨੂੰ, ਇਹਨਾਂ ਸੂਰਵੀਰਾਂ ਨੂੰ ਭੁੱਲਦਾ ਜਾ ਰਿਹਾ ਹਨਾ, ਕਿ ਜਿੱਦਾਂ ਹੁਣ ਸਿੱਧੂ ਮੂਸੇਵਾਲੇ ਦਾ ਗੀਤ ਆਇਆ ਤਾਂ ਬਹੁਤ ਲੋਕਾਂ ਨੇ ਹੁਣ ਸਰਚ ਕੀਤੀ ਹੋਣੀ ਆ ਕਿ ਹਰੀ ਸਿੰਘ ਹਾਂਜੀ ਨਲੂਆ ਕੌਣ ਆ, ਹਨਾ, ਜਾਂ ਫਿਰ ਜਿਵੇਂ ਤੁਹਾਡੇ ਬੋਲ ਸੀਗੇ ਅਫਗਾਨ ਦੇ ਬਾਰੇ ਦੱਸਿਆ ਸੀਗਾ ਤੁਸੀਂ, ਤੇ ਉਹ ਸਾਰੀਆਂ ਚੀਜ਼ਾਂ ਕਿ ਇਹ ਰਿਐਲਿਟੀ ਦੇ ਵਿੱਚ ਕੀ ਹੋਇਆ ਸੀ ਉਸ ਸਮਿਆਂ ਦੇ ਵਿੱਚ ਕੀ ਹੋਇਆ ਸੀਗਾ। ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਅੱਜ ਦੇ ਸਿੰਗਰਾਂ ਨੂੰ ਬੜੀ ਲੋੜ ਆ, ਹਨਾ, ਜਾਂ ਜਿਹੜੇ ਫਿਲਮਾਂ ਬਣਾਉਂਦੇ ਬਹੁਤ ਲੋੜ ਆ ਇਹਨਾਂ ਚੀਜ਼ਾਂ ਦੇ ਉੱਤੇ ਇਹ ਟੌਪਿਕ ਲੈ ਕੇ ਆਉਣ। ਤੁਸੀਂ ਪਰਸਨਲੀ ਕੀ ਸੋਚਦੇ ਕਿ ਪੰਜਾਬ ਦਾ ਯੂਥ ਭੱਜ ਰਿਹਾ ਇਹਨਾਂ ਚੀਜ਼ਾਂ ਤੋਂ ਤਾਂ ਫਿਰ ਜੁੜ ਰਿਹਾ? ਦੇਖੋ ਜੇ ਆਪਾਂ ਯੂਥ ਦੀ ਗੱਲ ਕਰੀਏ, ਨੋਰਮਲੀ ਮੈਨੂੰ ਬਹੁਤ ਬੱਚਿਆਂ ਦੇ ਕੁਐਸਚਨ ਆਉਂਦੇ ਆ ਕਿ ਸਰ ਅਸੀਂ ਬਾਹਰ ਨੂੰ ਜਾ ਰਹੇ ਹਾਂ ਸਾਡਾ ਇੱਥੇ ਜਾਂ ਕਿੱਦਾਂ। ਮੈਂ ਇੱਕ ਗੱਲ ਕਹਿੰਦਾ ਹੁਣ, ਅਸੀਂ ਪੰਜਾਬੀ ਨਾ ਸ਼ੁਕਰੇ ਬਿਲਕੁਲ ਨਹੀਂ ਹੈਗੇ, ਜਿਹੜੀ ਮੈਨੂੰ ਗੱਲ ਲੱਗਦੀ ਆ। ਸਾਨੂੰ ਜਿਹੜੀ ਕੰਟਰੀ ਨੇ, ਜਿਹੜੀ ਜਗ੍ਹਾ ਨੇ ਰੋਟੀ ਦਿੱਤੀ ਆ, ਪਹਿਲੀ ਗੱਲ ਤਾਂ ਉਹਦਾ ਸ਼ੁਕਰੀਆ ਅਦਾ ਕਰੋ। ਅਸੀਂ ਉਹਨੂੰ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਹਾਂ ਅਸੀਂ ਕਿਉਂ ਫੋਰਨ ਜਾ ਰਹੇ ਹਾਂ, ਚੰਗੀ ਗੱਲ। ਲੇਕਿਨ ਹਾਂ, ਮੇਰੇ ਇੱਕ ਮਨ 'ਚ ਇਹ ਜ਼ਰੂਰ ਹੁੰਦਾ ਆ ਵੀ ਯਾਰ ਅਸੀਂ ਇੱਥੇ ਰਹਿ ਕੇ ਵੀ ਹੋਰ ਵਧੀਆ ਕਰ ਸਕਦੇ ਹਾਂ। ਕਦੇ ਕਦੇ ਮੈਂ ਆਪਣਾ ਇਤਿਹਾਸ ਫਰੋਲਦਾ ਆ, ਅਸੀਂ ਯੋਧਿਆਂ ਦੀ ਕੌਮ ਆ, ਰਾਜਿਆਂ ਦੀ ਕੌਮ ਆ, ਅਸੀਂ ਆਪਣੇ ਰਾਜ ਕੀਤੇ ਹੋਏ ਆ। ਪਰ ਹੁਣ ਸਾਨੂੰ ਜਦੋਂ ਬਾਹਰ ਜਾ ਕੇ ਆਪਾਂ ਉੱਥੇ ਜਾ ਕੇ ਸਾਨੂੰ ਕੁਛ ਏਦਾਂ ਦੇ ਕੰਮ ਵੀ ਨਾ ਚਾਹੁੰਦੇ ਹੋਏ ਕਰਨੇ ਪੈਂਦੇ ਨੇ ਕਿ ਜਿਹੜੇ ਸਾਡਾ ਮਨ ਨਹੀਂ ਮੰਨਦਾ ਹੁੰਦਾ, ਲੇਕਿਨ ਆਪਾਂ ਕਰਦੇ ਹਾਂ, ਠੀਕ ਆ। ਉਹਦੇ ਲਈ ਯੂਥ ਨੂੰ ਪ੍ਰੋਪਰ ਗਾਈਡ ਨਹੀਂ ਕੀਤਾ ਗਿਆ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ। ਆਪਾਂ ਯੂਥ ਨੂੰ ਨਹੀਂ ਕਹਿੰਦੇ, ਈਵਨ ਮੈਂ ਆਪਣੀ ਐਗਜ਼ਾਮਪਲ ਦਵਾਂ, ਮੈਂ ਗ੍ਰੈਜੂਏਸ਼ਨ ਕਰ ਚੁੱਕਾ ਸੀਗਾ, ਮੈਨੂੰ ਉਦੋਂ ਨਹੀਂ ਸੀ ਪਤਾ ਕਿ ਪੀਸੀਐਸ ਦਾ ਪੇਪਰ ਕਿਵੇਂ ਦਿੱਤਾ ਜਾਂਦਾ। ਸ਼ਾਇਦ ਉਹ 'ਚ ਮੇਰਾ ਫੇਲੀਅਰ ਹੋ ਸਕਦਾ, ਲੇਕਿਨ ਮੇਰੇ ਸਿਸਟਮ ਦਾ ਉਦੋਂ ਵੱਡਾ ਫੇਲੀਅਰ ਸੀਗਾ। ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਆ, ਜਿਨ੍ਹਾਂ ਦਾ ਕੰਮ ਸੀਗਾ, ਸਾਡੇ ਟੀਚਰਸ ਹੋਏ ਹੋਣਗੇ, ਸਾਡਾ ਸਰਕਾਰਾਂ, ਸਾਡਾ ਸੋਸਾਇਟੀ, ਵੀ ਭਾਈ ਇੱਕ ਅਫਸਰ ਵੀ ਬਣਿਆ ਜਾ ਸਕਦਾ ਆ, ਤੁਸੀਂ ਪੀਸੀਐਸ ਅਫਸਰ, ਆਈਐਸ ਅਫਸਰ ਬਣ ਸਕਦੇ ਹੋ। ਉਹ ਸਾਨੂੰ ਸ਼ਾਇਦ ਜਿਨ੍ਹਾਂ ਦੀ ਜ਼ਿੰਮੇਵਾਰੀ, ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਸੀਗੇ, ਤਾਂ ਸਾਡਾ ਯੂਥ ਜਿਹੜਾ ਹੈਗਾ ਉਹ ਪ੍ਰੋਪਰ ਰਾਹ ਤੇ ਨਹੀਂ ਚੱਲ ਪਾਇਆ। ਲੇਕਿਨ ਇਸੇ ਕਰਕੇ ਹੀ ਜਿਵੇਂ ਸਿੱਧੂ ਮੂਸੇਵਾਲੇ ਜੀ ਦਾ ਗਾਣਾ ਹੈ, ਤਾਂ ਮੈਂ ਹੋਰ ਕਲਾਕਾਰਾਂ ਨੂੰ ਵੀ ਇਹ ਰਿਕੁਐਸਟ ਕਰੂੰਗਾ ਕਿ ਇਦਾਂ ਦੀਆਂ ਚੀਜ਼ਾਂ ਹੋਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਸਾਨੂੰ, ਤਾਂ ਕਿ ਸਾਡੇ ਯੂਥ ਨੂੰ ਆਪਣੇ ਇਤਿਹਾਸ ਬਾਰੇ ਪ੍ਰਾਊਡ ਫੀਲ ਹੋਵੇ। ਤੇ ਰੋਟੀ ਤਾਂ ਦੇਖੋ ਜੀ, ਆਪਾਂ ਹਰੇਕ ਜਗ੍ਹਾ ਕਮਾ ਕੇ ਖਾਣੀ ਹੈ, ਜਿੱਥੇ ਮਰਜ਼ੀ ਖਾਓ, ਜਿਉਂਦੇ ਵਸਦੇ ਰਹੋ, ਲੇਕਿਨ ਸਾਨੂੰ ਘੱਟੋ ਘੱਟ ਸਾਡੀਆਂ ਜੜ੍ਹਾਂ ਨਾਲ ਜੁੜੇ ਹੋਣ ਦਾ ਪਤਾ ਹੋਵੇ ਕਿ ਹਾਂ ਸਾਡੀਆਂ ਜੜ੍ਹਾਂ ਕੀ ਸੀਗੀਆਂ। ਸਾਨੂੰ ਆਪਣੇ ਆਪ ਤੇ ਪ੍ਰਾਊਡ ਫੀਲ ਹੋਣਾ ਚਾਹੀਦਾ ਕਿ ਹਾਂ ਯਾਰ, ਅਸੀਂ ਇੱਕ ਐਡੇ ਮਹਾਨ ਇਤਿਹਾਸ ਤੋਂ ਬਿਲੋਂਗ ਕਰਦੇ। ਸਹੀ ਗੱਲ ਆ, ਇਹਦੇ ਵਿੱਚ ਬਿਲਕੁਲ ਮੈਂ ਐਗਰੀ ਕਰਦਾ, ਕਿਤੇ ਨਾ ਕਿਤੇ ਸਹੀ ਰਾਸਤਾ ਦਿਖਾਉਣ ਦੇ ਵਿੱਚ ਜਿਹੜਾ ਸਾਡਾ ਸਿਸਟਮ ਸੀਗਾ ਉਹ ਨਾਕਾਮਯਾਬ ਰਿਹਾ। ਸਿਸਟਮ ਦੇ ਵਿੱਚ ਸਾਰੇ ਆ ਜਾਂਦੇ ਆ, ਹਨਾ, ਸਰਕਾਰਾਂ ਵੀ ਹਾਂ, ਆ ਓਬਵੀਅਸ ਜਾਂਦੀਆਂ, ਓਬਵੀਅਸ ਸਾਰੇ ਆ ਜਾਂਦੇ, ਸਾਰੇ ਜਾਂਦੇ, ਸਾਰੇ ਜਾਂਦੇ, ਤੇ ਉਹ ਉੱਥੇ ਕਿਤੇ ਨਾ ਕਿਤੇ ਸਾਡਾ ਯੂਥ ਨੇ ਮਾਰ ਜ਼ਰੂਰ ਖਾਧੀ ਆ। ਪਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ, ਮੈਂ ਤੁਹਾਡੇ ਵੇਖ ਰਿਹਾ ਸੀ, ਇੰਸਟਾਗ੍ਰਾਮ ਵੀ ਵੇਖਿਆ, ਯੂਟਿਊਬ ਵੀ ਵੇਖਿਆ, ਕਿ ਤੁਸੀਂ ਵੀਡੀਓਜ਼ ਲਗਾਤਾਰ ਪਾ ਰਹੇ ਹੋ ਨਾ ਆਪਣੇ ਹਿਸਟਰੀ ਦੇ ਰਿਲੇਟਡ, ਤੇ ਹੋਰ ਵੀ ਤੁਸੀਂ ਪੇਪਰ ਦੇ ਰਿਲੇਟਡ ਵੀ ਪਾ ਰਹੇ ਕਿ ਇਹ ਚੀਜ਼ਾਂ ਇਦਾਂ ਕਰਨੀਆਂ, ਇਹ ਚੀਜ਼ਾਂ ਇਦਾਂ ਕਰਨੀਆਂ। ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਕਿ ਆਪਾਂ ਯਾਰ ਹੋਰ ਨਹੀਂ ਕੁਛ, ਚਲੋ ਯੂਟਿਊਬ ਦੇ ਉੱਤੇ ਆਹ ਚੀਜ਼ਾਂ ਕਰੀਏ? ਐਕਚੁਅਲੀ ਮੇਰੇ ਵੀ ਸਾਰੇ ਰਿਲੇਟਿਵਸ ਆ, ਮੇਰੇ ਬ੍ਰਦਰ ਹੋਣੀ, ਮੇਰੇ ਨਾਨਕੇ ਪਰਿਵਾਰ ਸਾਰੇ, ਮੇਰੇ ਸਿਸਟਰ ਦੀ ਸਾਈਡ ਤੋਂ ਸਾਰੇ ਆਲਰੇਡੀ ਫੋਰਨ ਚ ਹੀ ਆ। ਤੇ ਬਟ ਮੇਰੇ ਮਨ ਚ ਸੀਗਾ ਕਿ ਨਹੀਂ ਯਾਰ, ਵੀ ਜੇ ਆਪਣੇ ਕੋਲੇ ਇੱਕ ਆਪਸ਼ਨ ਆਲਰੇਡੀ ਹੈਗਾ ਆ, ਤੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਸਾਡਾ ਰੰਗਲਾ ਪੰਜਾਬ। ਇੱਕ ਨਾ ਜਿਵੇਂ ਮੇਰੇ ਨਾਲ ਸਟੂਡੈਂਟਾਂ ਦੀ ਇੱਕ ਬੜੀ ਡਾਊਟ ਰਹਿੰਦਾ ਕਿ ਸਰ ਸਾਡੇ ਪੰਜਾਬ ਦੇ ਚੱਕ ਨਾ ਜਿਹੜੇ ਦੂਜੀਆਂ ਸਟੇਟਾਂ ਵਾਲੇ ਉਹ ਜੋਬ ਲੈ ਰਹੇ ਨੇ, ਸਾਡਾ ਪੰਜਾਬ ਦਾ ਜੀ ਉਹਨਾਂ ਨੇ ਐਦਾਂ ਦੱਬ ਲੈਣਾ। ਮੈਂ ਕਿਹਾ ਵੀ ਉਹਨਾਂ ਦੀ ਗਲਤੀ ਨਹੀਂ ਹੈਗੀ, ਸ਼ਾਇਦ ਸਾਡੀ ਗਲਤੀ, ਅਸੀਂ ਉਸ ਰਾਹ ਤੇ ਚੱਲ ਹੀ ਨਹੀਂ ਰਹੇ। ਅਸੀਂ ਜਦੋਂ ਹੁੰਦਾ ਨਾ ਕਿ ਦੁੱਧ ਦਾ ਗਲਾਸ ਨੰਗਾ ਪਿਆ, ਮੱਖੀ ਬੈਠੂਗੀ ਆ ਕੇ ਉੱਤੇ, ਅਸੀਂ ਮੱਖੀ ਨੂੰ ਨਹੀਂ ਬੁਰਾ ਭਲਾ ਕਹਿ ਸਕਦੇ, ਅਸੀਂ ਦੁੱਧ ਦਾ ਗਲਾਸ ਨੰਗਾ ਰੱਖਿਆ ਕਿਉਂ ਆ, ਹਾਂ ਸਹੀ ਗੱਲ ਹੈ ਹਨਾ। ਤੇ ਸਾਡੀ ਵੀ ਜ਼ਿੰਮੇਵਾਰੀ ਹੈ, ਜੇ ਆਲਰੇਡੀ ਮੈਨੂੰ ਪਤਾ ਕਿ ਇੱਕ ਮੇਰਾ ਜਿਹੜਾ ਐਂਡ ਉਹ ਹੈਗਾ ਦੂਜੇ ਪਾਸੇ, ਮੈਂ ਕਿਉਂ ਨਾ ਇੱਥੇ ਰਹਿ ਕੇ, ਕਿਉਂਕਿ ਮੇਰਾ ਪੰਜਾਬ ਹੈ ਜੀ, ਆਪਣੇ ਸਾਰਿਆਂ ਦਾ ਪੰਜਾਬ, ਆਪਾਂ ਨੂੰ ਉਹਦੇ ਲਈ ਹੀ ਕੁਛ ਕਰਨਾ ਪੈਣਾ, ਕੋਈ ਬਾਹਰੋਂ ਆ ਕੇ ਨਹੀਂ ਕਰੂਗਾ। ਤੇ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ, ਜਿੱਦਾਂ ਦਾ ਵੀ, ਠੀਕ ਹੈ, ਜੋ ਕੋਈ ਟੀਚਰ ਹੈ, ਟੀਚਰ ਕੋਈ ਅਵੇਅਰਨੈਸ ਕੈਂਪ ਪਾ ਰਿਹਾ, ਕੋਈ ਕਿਸੇ ਤਰ੍ਹਾਂ ਪਾ ਰਿਹਾ, ਉਹ ਯੋਗਦਾਨ ਹੋਣਾ ਬਹੁਤ ਹੀ ਜ਼ਰੂਰੀ ਆ। ਤੇ ਫਿਰ ਮੇਰੇ ਦਿਮਾਗ 'ਚ ਇਹ ਸੀਗਾ ਕਿ ਨਹੀਂ ਯਾਰ, ਜਾਂ ਤਾਂ ਮੈਂ ਉਹੀ ਆ ਵੀ ਗੱਲ ਰਹਿ ਕੇ ਅਫਸਰ ਬਣੂੰਗਾ, ਜਾਂ ਫਿਰ ਮੈਂ ਕੋਸ਼ਿਸ਼ ਕਰੂੰਗਾ ਕਿ ਪੰਜਾਬ ਦੇ ਨੌਜਵਾਨ ਮੁਟਿਆਰਾਂ ਨੂੰ ਅਫਸਰਾਂ ਬਾਰੇ ਗਾਈਡ ਕਰ ਦਈਏ ਕਿ ਭਾਈ ਅਫਸਰ ਵੀ ਬਣਿਆ ਜਾ ਸਕਦਾ ਆ। ਬੱਚੇ ਮੈਨੂੰ ਕਹਿੰਦੇ ਹੁੰਦੇ ਸਰ ਕਿ
इस करके मैं लगा कि मैं क्यों ना इन्हों मैं अवेयर करा यूथ नूं, तां करके मैं एक आप दे एंड ते लगा हुआ। चलो हौली हौली परमात्मा बांह फड़ूगा जरूर, ते जिहड़ी अपनी मुहिम है अगे वधूगी जरूर जी। ते बाकी अज मैं फिर बैक बैक ऑन उसे ट्रैक जाना कि सिद्धू दा गीत आया उस वे तुहाडी आवाज आई, फैमिली दा की रिएक्शन सी, जिहड़े तुहाडे परिवार बाहर आ उन्होंने भी जरूर सुनिया होना है ना सारे, क्योंकि वर्ल्ड वाइड जिहड़ा आ नंबर 1 दे उत्ते ट्रेंड कर रहा है, न्यूजीलैंड दी गल करी न्यूजीलैंड हाँ जी ट्रेंड कर रहा है, इंडिया विच भी कर रहा, सो उधरों फैमिली वल्लों की रिएक्शन सीगा? देखो परिवार तो तुहानू पता ही है जी, खुशी का टिकाणा नहीं हुंदा, जिहड़ी रियलिटी हैगी आ। हाँ ते जो मेरे स्टूडेंट मेरे को पढ़ते हैं ऑनलाइन, काफी बच्चे मेरे को ऑनलाइन पढ़ते हैं, मेरे को ईवन इन्ने एक कमेंट आ चुके थे गाने दे 1-2 घंटे दे विच विच ही, शायद मैं अज तक जवाब नहीं दे पाया, तीजा दिन हो गया है। मैं रोज कहना भी चलो हाँ कोई 100-150 बच्चे का आंसर करदा, लेकिन हजे तक भी मैं टेलीग्राम ते इंस्टा ते जां मेरे को अपने व्हाट्सएप वगैरह ते जिन्ने भी आ रहे ने फोन इन्ने आए थे जिन्होंने मेरे को जवाब नहीं दे हुए, ते उन्होंने मैं भाई एक बार सारे इकट्ठे करना कि थोड़ा सारे का बहुत बहुत धन्यवाद, तुम इन्ना प्यार दे रहे हो, ते चंगिया चीजा सारे जुड़न की लोड़ है। मैं शायद मैनू लगता कि पंजाब जितना चाहिए आ, पंजाब फेमस होना चाहिए आ, ना कि मैं कला फेमस हो, मैं तो यही कहूंगा सारे। बिल्कुल, देखो ब्लैस फील तुसी भी कर रहे हो तो असं भी ब्लैस फील किया कि तुहाडे नाल गलबात हुई है ना, सिद्धू भीर दे नाल गलबात नहीं हुण हो सकती अनफॉर्चुनेटली, वो इस दुनिया ते नहीं आ, एक पर एक ये बहुत मैनू जी ना एक बहुत पर्सनली ये मैनू लग रहा है कि जे वो इस टाइम ते होंगे तो शायद मैं गाने दे लॉन्च होने तो कुछ चंद मिनटां बाद ही शायद मैं उन्होंने को होंदा, मे बी पहला ही होंदा। ये बहुत मैनू पर्सनली फील हो रहा कि नहीं यार भी एक ना देखो एक लाइफ दे विच दौर होंदा, शायद सिद्धू मूसेवाले दा हुण वो दौर आया सीगा जिहड़ा कि यूथ नू गाइड करन वाला आ गया। हालांकि पहला भी देखो एक ना आपां कहिंदे जे आपां कहिंदे भी जी तां मिट्टी चीज़ है, नहीं एक दरख्त दा जे फल खाणा उहदा बीज मिट्टी च ही लगदा होंदा, तुसीं ठीक है किसे जी जी, नू माड़ा नहीं कह सकदे। ठीक है वो अज एक वड्डा इदां दा एक इंडस्ट्री दा आपां कहदे कि बहुत वड्डी एक परसनैलिटी बन चुकी है, ते उहनां दी कल्ली कल्ली कही हुई गल जिहड़ी आ यूथ ते हिट करदी आ। अज जो दौर सीगा कि वो यूथ नू राह देण वाले सीगे, बट कुछ इदां दी अनफॉर्चुनेट कंडीशन होईयां कि वो साडे च नहीं हैगे, शायद इस चीज़ का दुख ते जिहड़ा घाटा कदे पूरा नहीं हो सकता। बिल्कुल, उम्मीद करते हैं कि आने वाले समय के जिहड़े तुसीं बहुत सारे होर भी बहुत सारे टॉपिक्स के उत्ते यूट्यूब के उत्ते वीडियोज़ पाईयां ने, तो आने वाले समय के सानूं बहुत चंगी चंगी चीज़ां पंजाब के यूथ नूं सेहत देने वाली चीज़ां जिहड़ियां है वो सानूं सुनन नूं मिलदियां रहणगियां, क्योंकि ऑफकोर्स इस गाने तो बाद तुहाडी फैन फॉलोइंग जिहड़ी उस दे विच काफ़ी वाधा होया होना। हाँ जी हाँ जी, काफी जो परमात्मा की कृपा आ, बहुत स्टूडेंट्स नवे जुड़ रहे हैं बहुत ज्यादा, तो बाकी ये नाल जिवें तुसी अपने एंड ते भी इस चीज़ नूं होर लैके जा सकते हो कि असीं पंजाब दे इतिहास नूं कि दसना लोगों तक। मैं गल कीती कि सोसाइटी दे हरेक बंदे दी, जिहड़ा बंदा कहिंदा कि हाँ मैं पंजाबी हाँ, आपां कितें भी बैठे हैं दुनिया च, अजकल तां देखो जमाना तुसी मेथों न्यूजीलैंड च बह के आपां कर रहे हैं गलबात, ते इस टैक्नोलॉजी का यूज करके आपां अपने विचार अपनियां जड़ां पूरी दुनिया च फैला सकते हैं। सानू गर्व वाली गल साडी कि असीं पंजाबी दुनिया दे हरेक कोने च बैठे हैं। परफेक्ट है जी, बिल्कुल, थैंक यू भाई जी बहुत बहुत साडे नाल गलबात करन दे लई, ते थैंक बेस्ट यू जी, विशेस इन फ्यूचर दे लई, ते बहुत बहुत मुबारकां कि तुसीं अज कल तुहाडी आवाज जिहड़ी है नंबर 1 ते ट्रेंड कर रही है ऑल ओवर वर्ल्ड म्यूजिक दे विच। मैं धन्यवाद जी, बहुत बहुत धन्यवाद तुसीं टाइम कढ़िया, तुहाडा बहुत बहुत धन्यवाद, ते बाकी सारे पंजाब वासियों नूं फिर तो मुबारकां। सोंग जरूर सुनो, बहुत नाइस सोंग आ, तुहानूं सेध देण वाला आ, ते अपनी जड़ां नाल जुड़े रहना, यही अपनी पंजाबी दा जी। थैंक यू जी, सो इसी साड़ी गलबात फतेह सर होना दे नाल, फतेह सिंह, सो तुसी इन्हों सर्च कर सकते हैं, फतेह सर लिख के सर्च कर सकते हैं इंस्टाग्राम के उत्ते, नवे आए गीत वार दे रिलेटेड असी गलबात की, इस दे विच वार दे विच जिहड़ा आ वो इन्हां ने फीचरिंग की, इन्हां दी आवाज़ दी जिहड़ी फीचरिंग हुई आ, ते बहुत चंगी चंगी सेध देण वालियां होर भी बहुत सारियां वीडियोज़ यूट्यूब के उत्ते पाउंदे रहते आ, ते इस तरह ही रेडियो स्पेशल नूं दिओ प्यार, ते मैनूं यानी सुखराज गाखल नूं इजाजत, धन्यवाद।